सरकार दे दावे खिडारियां दे भविख दी चिंता सिर्फ सरकार नूं है। खिडारियां नूं बंदा मान सम्मान सिर्फ अखबारां विच ही दिखाई दिंदा है। देश दे सैकड़े खिडारी अजिहे कि देश खातिर उन्हां अपना खून पसीना बहाया, देश दा नाम दुनिया विच चमकाया, पर अज भी नरकीय जिंदगी भोग रहे हन। सरकार नूं आईना दिखांदी एक अजिही तस्वीर असीं तुहानूं दिखा रहे हां। इस खिडारन दी खेड मैदान ते जित दे हंजुआं तों लैके अज सरकार दीआं नीतियां तों टुट चुके हार चुके हौसले दे हंजुआं ते एक खास रिपोर्ट। अपनियां अखां च हंजू लई खड़ी दास्तां सुना रही ए महिला खिडारन दी जित ते कदे पूरा स्टेडियम थिरा कुड़दा सी। इस खिडारन ने अपने देश दे तिरंगे दा माण कई वार उच्चा कीता। देश तों बाहर विदेशी धरती ते भी भारतीय तिरंगे दी शान वधाउण वाली ए जाबाज अज अपनी सरकार दीआं नीतियां तों हार चुकी है। रमनदीप कौर जलंधर दे भोगपुर दे एक छोटे जे पिंड विच रहिंदी है। शरीर तों अपंग जरूर पर पावर लिफ्टिंग च देश च ही नहीं विदेशी धरती ते भी किन्ने ही मैडल जित चुकी है, जिस दी गिनती भी शायद हुण उस नूं याद नहीं। 13 खिडारियां च मैं कल्ली ਮੁੰਡਿਆਂ 'ਚ ਵੀ ਅਤੇ ਕੁੜੀਆਂ 'ਚ ਵੀ ਮੈਂ ਇਕੱਲੀ ਹਾਂ ਜਿਹੜੀ ਗੋਲਡ ਮੈਡਲ ਲੈ ਕੇ, ਬਾਕੀ ਸਭ ਦੇ ਕਿਸੇ ਦਾ ਸਿਲਵਰ ਮੈਡਲ ਆ, ਕਿਸੇ ਦਾ ਬ੍ਰੌਨਜ਼ ਮੈਡਲ ਆ। ਕਦੇ ਰਮਨਦੀਪ ਕਹਿੰਦੀ ਸੀ ਕਿ ਉਸ ਨੂੰ ਗੋਲਡ ਮੈਡਲ ਤੋਂ ਇਲਾਵਾ ਹੋਰ ਕੋਈ ਮੈਡਲ ਪਸੰਦ ਨਹੀਂ। ਉਹਨੇ ਆਪਣੀ ਇਸ ਜਿੱਦ ਨੂੰ ਪੂਰਾ ਵੀ ਕੀਤਾ, ਪਰ ਜਿੱਤ ਦਾ ਇਹ ਸਿਲਸਿਲਾ ਦੱਖਣੀ ਅਫਰੀਕਾ 'ਚ ਪਿਛਲੇ ਸਾਲ ਹੋਏ ਕਾਮਨਵੈਲਥ ਗੇਮਸ ਤੋਂ ਬਾਅਦ ਖਤਮ ਹੋ ਗਿਆ। ਦੱਖਣੀ ਅਫਰੀਕਾ 'ਚ ਹੋਏ ਕਾਮਨਵੈਲਥ ਗੇਮ ਵਿੱਚ ਉਸਨੇ ਪਾਵਰ ਲਿਫਟਿੰਗ 'ਚ ਸੋਨੇ ਦਾ ਤਗਮਾ ਜਿੱਤਿਆ ਸੀ। ਰੋ ਰੋ ਕੇ ਅੱਜ ਰਮਨਦੀਪ ਕਹਿੰਦੀ ਹੈ ਕਿ ਉਹ ਕਦੇ ਵੀ ਆਪਣੇ ਬੱਚਿਆਂ ਨੂੰ ਖਿਡਾਰੀ ਨਹੀਂ ਬਣਾਵੇਗੀ। ਰਮਨਦੀਪ ਕੌਰ ਨੇ ਦੱਸਿਆ ਕਿ ਜਦੋਂ ਅਫਰੀਕਾ ਦੇ ਟੂਰ 'ਤੇ ਗਈ ਸੀ ਤਾਂ ਉਸਨੂੰ ਇਹ ਨਹੀਂ ਸੀ ਪਤਾ ਕਿ ਉੱਥੇ ਲੋਕ ਯੈਲੋ ਫੀਵਰ ਤੋਂ ਪੀੜਿਤ ਹਨ। ਟੂਰ ਦੇ ਸਮੇਂ ਉਸਨੂੰ ਵੀ ਇਸ ਬਿਮਾਰੀ ਨੇ ਆਪਣਾ ਸ਼ਿਕਾਰ ਬਣਾ ਲਿਆ, ਜਿਸ ਦੇ ਚਲਦੇ ਅੱਜ ਉਸ ਕੋਲ ਇਲਾਜ ਤੱਕ ਲਈ ਪੈਸੇ ਨਹੀਂ। ਆਪਣੀਆਂ ਪੁਰਾਣੀਆਂ ਯਾਦਾਂ ਨੂੰ ਲੈ ਕੇ ਰਮਨਪ੍ਰੀਤ ਕੌਰ ਪਰੇਸ਼ਾਨ ਹੁੰਦੀ ਹੈ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ। ਹੁਣ ਰਮਨਪ੍ਰੀਤ ਕਦੇ ਵੀ ਨਹੀਂ ਚਾਹੁੰਦੀ ਕਿ ਉਸ ਦਾ ਕੋਈ ਬੱਚਾ ਖਿਡਾਰੀ ਬਣੇ। ਜੀ ਮੈਂ ਗਈ ਸੀਗੀ 10 ਸਪਟੰਬਰ ਨੂੰ ਗਈ ਸੀ ਸਾਊਥ ਅਫਰੀਕਾ ਪੋਰਟਸ਼ੈਫ ਫਰਮ ਸਿਟੀ, ਜਿੱਥੇ ਕਾਮਨਵੈਲਥ ਚੈਂਪੀਅਨਸ਼ਿਪ ਹੋਈ ਹੈ ਪਾਵਰ ਲਿਫਟਿੰਗ ਦੀ 2017 ਦੇ ਵਿੱਚ, ਅਤੇ 10 ਸਪਟੰਬਰ ਨੂੰ ਗਈ ਸੀ। 17 ਸਪਟੰਬਰ ਨੂੰ ਮੈਂ ਉੱਥੋਂ ਵਾਪਸੀ ਤੁਰ ਪਈ ਸੀ ਅਤੇ 20-22 ਸਪਟੰਬਰ ਨੂੰ ਮੈਂ ਇੱਥੇ ਆਪਣੇ ਘਰ ਆ ਗਈ ਸੀ। ਇੱਕ ਹੋਰ ਚੀਜ਼ ਸਾਹਮਣੇ ਆਈ ਹੈ, ਮੈਂ ਜਦੋਂ ਇੱਥੇ ਆਇਆ ਹੈਗਾ ਵਾ, ਤੁਸੀਂ ਆਪਣੀ ਪ੍ਰੈਕਟਿਸ ਵੀ ਛੱਡ ਚੁੱਕੇ ਆ। ਹਾਂਜੀ, ਸਰੀਰ ਦਾ ਤੁਹਾਡੀ ਹੈਲਥ ਹੈਗੀ ਹੈ ਥੋੜ੍ਹੀ ਕਮਜ਼ੋਰ ਹੈਗੀ ਹੈ। ਹਾਂਜੀ ਹਾਂਜੀ। ਅਤੇ ਦੂਸਰਾ ਹੈ ਸਰੀਰ ਅੱਗੇ ਨਾਲੋਂ ਜਿਹੜਾ ਫੁੱਲ ਚੁੱਕਾ। ਹਾਂਜੀ, ਇਹ ਰੀਜ਼ਨ ਇਹ ਹੈ ਜੀ, ਉੱਥੇ ਸਾਊਥ ਅਫਰੀਕਾ ਵਿੱਚ ਯੈਲੋ ਫੀਵਰ ਦਾ ਬਹੁਤ ਫੁਹਾਰਾ ਸੀ ਅਤੇ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ, ਅਤੇ ਮੈਂ ਇੱਧਰੋਂ ਵੀ ਕੋਈ ਮੈਡੀਸਿਨ ਜਾਂ ਪ੍ਰੀਕੋਸ਼ਨ ਵਗੈਰਾ ਲੈ ਕੇ ਨਹੀਂ ਸੀ ਗਈ, ਅਤੇ ਉੱਥੇ ਜਾ ਕੇ ਮੈਨੂੰ ਯੈਲੋ ਫੀਵਰ ਹੋ ਗਿਆ। ਯੈਲੋ ਫੀਵਰ ਹੋਣ ਦੇ ਬਾਵਜੂਦ ਵੀ ਮੈਂ ਆਪਣੀ ਪਰਫੋਰਮੈਂਸ ਦਿੱਤੀ, ਗੋਲਡ ਮੈਡਲ ਆਪਣੇ ਨਾਮ ਕੀਤਾ ਉੱਥੋਂ। ਅਤੇ ਜਦੋਂ ਮੈਂ ਇੱਥੇ ਵਾਪਸ ਆਈ ਹਾਂ ਅਤੇ ਹੌਲੀ ਹੌਲੀ ਮੈਂ ਦਿਨੋਂ ਦਿਨ ਆਪਣੇ ਆਪ ਵੀਕਨੈਸ ਮਹਿਸੂਸ ਕਰਨ ਲੱਗੀ, ਅਤੇ ਮੈਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਬਿਲਕੁਲ ਹੀ ਮੇਰੀ ਬਾਡੀ ਜਿਹੜੀ ਹੈ ਪੈਰਾਲਾਈਜ਼ ਹੋ ਗਈ, ਬਾਹਾਂ ਵੀ ਮੇਰੀਆਂ ਡੈੱਡ ਹੋ ਗਈਆਂ। ਫਿਰ ਮੇਰੇ ਘਰ ਦੇ ਮੈਨੂੰ ਲੈ ਗਏ ਹੋਸਪਿਟਲ ਲੈ ਗਏ, ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਵੀ ਮੇਰੀ ਜਿਹੜੀ ਬਾਡੀ ਦੇ ਹੱਡੀਆਂ ਦੇ ਵਿੱਚ ਯੈਲੋ ਫੀਵਰ ਆ ਚੁੱਕਾ, ਅਤੇ ਉਸ ਤੋਂ ਬਾਅਦ ਹੁਣ 5 ਮਹੀਨੇ ਹੋ ਗਏ ਮੈਨੂੰ ਬਿਮਾਰ ਪਈ, ਅਤੇ ਦਵਾਈਆਂ ਚੱਲ ਰਹੀਆਂ ਲਗਾਤਾਰ। ਪ੍ਰਸ਼ਾਸਨ ਵੱਲੋਂ ਕੋਈ ਹੈਲਪ? ਨਹੀਂ ਨਹੀਂ, ਪ੍ਰਸ਼ਾਸਨ ਨੇ ਤਾਂ ਕੀ ਦੇਖਣਾ ਸੀ ਸਰ, ਮੈਨੂੰ ਤਾਂ ਜਦੋਂ ਆਈ ਹਾਂ ਮੈਂ ਖੇਡ ਕੇ। ਤੁਸੀਂ ਪੰਜਾਬ ਵਾਸਤੇ ਇੰਡੀਆ ਵਾਸਤੇ ਗੋਲ ਲੈ ਕੇ ਆਏ? ਹਾਂਜੀ। ਉਹਨਾਂ ਨੇ ਪਤਾ ਲੱਗਾ ਉਹਨਾਂ ਨੂੰ ਜਾਂ ਕੁਛ ਨਾ ਕੁਛ ਤਾਂ ਕੋਈ ਆਇਆ ਹੋਏਗਾ ਤੁਹਾਨੂੰ? ਨਹੀਂ ਸਰ, ਮੇਰੇ ਕੋਲ ਤਾਂ ਕੋਈ ਨਹੀਂ ਹੈ। ਹਾਂ ਇੰਨਾ ਕਹਿ ਸਕਦੀ ਹਾਂ, ਸਾਡੇ ਇੱਥੇ ਲੋਕਲ ਨੇ ਦੈਨਿਕ ਭਾਸਕਰ ਵਾਲੇ ਸੰਦੀਪ ਕੁਮਾਰ ਰੱਤੀ ਜੀ, ਉਹ ਆਏ ਸੀ, ਉਹਨਾਂ ਨੇ ਮੇਰੀ ਸਟੋਰੀ ਸਾਰੀ ਅਖਬਾਰ ਦੇ ਵਿੱਚ ਲਾਈ, ਬਸ ਇੱਕ ਉਹੀ ਅਖਬਾਰ ਦੇ ਵਿੱਚ ਮੇਰੀ ਸਟੋਰੀ ਆਈ ਹੈ। ਕੋਈ ਨਹੀਂ ਆਇਆ, ਕਿਸੇ ਨੇ ਨਹੀਂ ਪੁੱਛਿਆ ਵੀ ਕੁੜੀ ਮੈਡਲ ਲੈ ਕੇ ਆਈ ਆ। 13 ਖਿਡਾਰੀ ਇੱਥੋਂ ਪੰਜਾਬ ਦੇ ਵਿੱਚ ਸਿਲੈਕਟ ਹੋਏ ਸੀ, ਜਿਨ੍ਹਾਂ ਵਿੱਚੋਂ 4 ਕੁੜੀਆਂ ਸੀ, ਔਰ ਉਹਨਾਂ 13 ਖਿਡਾਰੀਆਂ 'ਚੋਂ ਮੈਂ ਇਕੱਲੀ ਮੁੰਡਿਆਂ 'ਚ ਵੀ ਅਤੇ ਕੁੜੀਆਂ 'ਚ ਵੀ ਮੈਂ ਇਕੱਲੀ ਹਾਂ ਜਿਹੜੀ ਗੋਲਡ ਮੈਡਲ ਲੈ ਕੇ, ਬਾਕੀ ਸਭ ਦੇ ਕਿਸੇ ਦਾ ਸਿਲਵਰ ਮੈਡਲ ਆ, ਕਿਸੇ ਦਾ ਬ੍ਰੌਨਜ਼ ਮੈਡਲ ਆ, ਪਰ ਗੋਲਡ ਮੈਡਲਿਸਟ ਵੂਮੈਨ ਮੈਂ ਇਕੱਲੀ ਹਾਂ। ਸਰ ਆਲਮੋਸਟ ਵਰਲਡ ਚੈਂਪੀਅਨਸ਼ਿਪ ਹੋਵੇ, ਵਰਲਡ ਨੂੰ ਫਾਈਟ ਦੇਣਾ ਮੈਨੂੰ ਨਹੀਂ ਲੱਗਦਾ ਸੌਖਾ ਹੋਏਗਾ, ਅਤੇ ਨੈਸ਼ਨਲ ਤੱਕ ਫਾਈਟ ਦੇਣ ਨੂੰ ਬਹੁਤ ਔਖਾ ਹੋ ਜਾਂਦਾ, ਅਤੇ ਵਰਲਡ ਵਿੱਚ ਜਾ ਕੇ ਫਾਈਟ ਦੇਣੀ, ਯੂ ਨੋ ਦੈਟ ਵੈਰੀ ਵੈਲ ਕੀ ਹੋ ਸਕਦਾ, ਉੱਥੇ ਕੁਛ ਵੀ ਹੋ ਸਕਦਾ। ਇੱਕ ਮੈਨੂੰ ਯਾਦ ਆ, ਅੱਜ ਤੋਂ 2 ਸਾਲ ਪਹਿਲਾਂ ਮੈਂ ਤੁਹਾਡੀ ਸਟੋਰੀ ਕੀਤੀ ਸੀਗੀ, ਜਦੋਂ ਤੁਸੀਂ ਆਪਣੇ ਮੈਡਲ
ਜਲੰਧਰ ਜਿਹੜੇ ਡਿਪਟੀ ਕਮਿਸ਼ਨਰ ਸੀਗੇ ਕਮਲ ਕਿਸ਼ੋਰ ਯਾਦਵ ਉਹਨਾਂ ਨੂੰ ਦਿੱਤਾ ਸੀਗਾ ਤੇ ਉਹਨਾਂ ਨੇ ਇੱਕ ਲੈਟਰ ਸਾਈਨ ਕੀਤੀ ਸੀ ਕਿ ਤੁਹਾਡੀ ਨੌਕਰੀ ਵਾਸਤੇ ਹਾਂਜੀ ਉਹਦਾ ਕੀ ਬਣਿਆ ਉਹ ਤਾਂ ਸਰ ਪਤਾ ਨਹੀਂ ਚੰਡੀਗੜ੍ਹ ਦੇ ਕਿਸੇ ਦਫ਼ਤਰ ਦੇ ਵਿੱਚ ਪਈ ਹੋਣੀ ਆ ਮੈਨੂੰ ਤਾਂ ਹਾਲੇ ਤੱਕ ਕੁਛ ਨਹੀਂ ਪਤਾ ਲੱਗਿਆ ਮੈਂ ਤਾਂ ਚੰਡੀਗੜ੍ਹ ਵੀ ਜਾ ਕੇ ਥੱਕ ਚੁੱਕੀ ਹਾਂ ਫਾਈਲਾਂ ਮੇਰੀਆਂ ਬਹੁਤ ਜਾ ਚੁੱਕੀਆਂ ਹੁਣ ਤਾਂ ਚੰਡੀਗੜ੍ਹ ਦੇ PN ਤੱਕ ਵੀ ਪ੍ਰੋਫੈਸਰ ਤੱਕ ਵੀ ਪਛਾਣਨ ਲੱਗ ਗਏ ਆ ਵੀ ਇਹ ਕੁੜੀ ਚੰਡੀਗੜ੍ਹ ਤੁਰੀ ਰਹਿੰਦੀ ਆ ਹਫ਼ਤੇ ਬਾਅਦ ਮਹੀਨੇ ਬਾਅਦ ਹਾਲੇ ਤੱਕ ਮੈਨੂੰ ਕੋਈ ਨੌਕਰੀ ਨਹੀਂ ਕੋਈ ਕੁਛ ਨਹੀਂ ਸਭ ਨੇ ਝੂਠੇ ਵਾਅਦੇ ਕੀਤੇ ਆ ਕੋਈ ਨਹੀਂ ਮੇਰੇ ਕੰਮ ਆਇਆ ਕਿਤੇ ਨਾ ਕਿਤੇ ਦਿਲ ਨਹੀਂ ਟੁੱਟ ਜਾਂਦਾ ਵੀ ਇੰਨੀ ਮਿਹਨਤ ਕਰਨ ਦੇ ਬਾਵਜੂਦ ਮੈਨੂੰ ਪ੍ਰਸ਼ਾਸਨ ਵੱਲੋਂ ਕੁਛ ਹੈਲਪ ਨਹੀਂ ਹੋ ਰਹੀ 14 ਸਾਲ ਕੀ ਹੋ ਗਏ ਸਰ ਮੈਨੂੰ ਜਦੋਂ ਗੇਮ ਕਰਦੀ ਹਾਂ 14 ਸਾਲਾਂ ਕਦੇ ਦਿਲ ਨਹੀਂ ਸੀ ਟੁੱਟਿਆ ਪਰ ਹੁਣ ਆ ਕੇ ਟੁੱਟ ਗਿਆ ਹੁਣ ਤਾਂ ਫਿਊਚਰ ਦੀ ਗੱਲ ਕਰੀਏ ਤਾਂ ਕੀ ਫਿਊਚਰ ਸੀ ਫਿਊਚਰ 'ਚ ਸਰ ਕੁਛ ਨਹੀਂ ਹੈਗਾ ਮੇਰੇ ਕੁਛ ਸੋਚਿਆ ਹੋਵੇ ਵੀ ਕਹਾਂ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਰਨਾ ਕੀ ਹੈ ਸਰ ਬਸ ਹੁਣ ਆਪਣੀ ਬੱਚੀ ਵੱਲ ਧਿਆਨ ਦੇ ਰਹੀ ਹਾਂ ਸਿਲਾਈ ਕਰ ਰਹੀ ਹਾਂ ਪਰ ਜਿੱਥੋਂ ਤੱਕ ਲੱਗਦਾ ਹੁਣ ਗੇਮ ਨਹੀਂ ਹੋਣੀ ਮੇਰੇ ਕੋਲੋਂ ਛੁੱਟ ਚੁੱਕਾ ਮੈਡਮ ਏਮ ਜਿਹੜਾ ਸੀ ਮੇਰੀ ਲਾਈਫ ਦਾ ਮੈਨੂੰ ਇਹ ਸੀ ਕਿ ਮੈਂ ਨੈਸ਼ਨਲ ਮੈਡਲਿਸਟ ਹਾਂ ਗੋਲਡ ਮੈਡਲਿਸਟ ਹਾਂ ਔਰ ਮੈਂ ਜਰਨਲ ਬੱਚਿਆਂ 'ਚ ਫਾਈਟ ਲੈ ਕੇ ਮੈਡਲ ਲਏ ਮੈਨੂੰ ਲੱਗਦਾ ਸੀ ਕਿ ਮੈਂ ਵਰਲਡ ਵਿੱਚੋਂ ਮੈਡਲ ਲਿਆ ਸਕਦੀ ਹਾਂ ਔਰ ਮੈਂ ਲਿਆਂਦਾ ਮੈਂ ਜੋ ਮੈਂ ਕਿਹਾ ਸੀ ਉਹ ਮੈਂ ਕਰਕੇ ਦਿਖਾਇਆ ਪਰ ਕਿਸੇ ਨੇ ਪਰਿਵਾਰ ਵੱਲੋਂ ਪੂਰਾ ਤੁਹਾਡਾ ਸਾਥ ਦਿੱਤਾ ਜਾਂਦਾ ਹੈ ਸਰਕਾਰ ਸੀਗੀ ਜਦੋਂ 2 ਸਾਲ ਪਹਿਲਾਂ ਅਕਾਲੀ ਸਰਕਾਰ ਸੀ ਹੁਣ ਕਾਂਗਰਸ ਸਰਕਾਰ ਆ ਗਈ ਆ ਕੁਛ ਇਹਨਾਂ ਨਾਲ ਵੀ ਕੋਈ ਵੀ ਹੈਲਪ ਨਹੀਂ ਸਰ ਕਿਸੇ ਨੇ ਕੁਛ ਨਹੀਂ ਕੀਤਾ ਈਵਨ ਦੈਨ ਸਾਊਥ ਅਫਰੀਕਾ ਜਾਣ ਵਾਸਤੇ ਕਿਸੇ ਨੇ ਮੈਨੂੰ ਆਪਣਾ ਕਿਸੇ ਨੇ ਵੀ ਸਹਿਯੋਗ ਨਹੀਂ ਦਿੱਤਾ ਮੈਂ ਆਪਣੇ ਆਪਣੇ ਘਰ ਦੇ ਆਪਣੀ ਭਾਬੀ ਤੱਕ ਦੇ ਗਹਿਣੇ ਜਿਹੜੇ ਸੀ ਉਹਨਾਂ ਕੋਲੋਂ ਮੰਗ ਕੇ ਲਿਆ ਕੇ ਮੈਂ ਇੱਥੇ ਬੈਂਕ 'ਚ ਰੱਖੇ ਲੋਨ ਲਿੱਤਾ 2 ਲੱਖ ਰੁਪਇਆ ਲੋਨ ਲੈ ਕੇ ਮੈਂ ਖੇਡਣ ਗਈ ਔਰ ਅੱਜ ਉਹਦਾ ਮੈਂ ਮਹੀਨੇ ਦਾ ਵਿਆਜ ਵੀ ਭਰ ਰਹੀ ਹਾਂ ਪਰ ਕਿਸੇ ਨੇ ਪੁੱਛਿਆ ਤਾਂ ਨਹੀਂ ਵੀ ਤੂੰ ਇਸ ਲੈਵਲ 'ਤੇ ਖੇਡ ਕੇ ਆਈ ਹਾਂ ਮੈਡਲ ਲੈ ਕੇ ਆਈ ਹਾਂ ਤੂੰ ਕੀ ਕੀਤਾ ਕਿਸੇ ਨੇ ਕੁਛ ਨਹੀਂ ਕੀਤਾ ਮੈਡਮ ਫੰਡ ਕਿਸੇ ਨੇ ਕੀ ਦੇਣਾ ਜਦੋਂ ਕਿਸੇ ਨੂੰ ਪੁੱਛ ਲਓ ਕੁਛ ਨਹੀਂ ਹੈਗਾ ਜੀ ਇਹ ਕੋਈ ਗੇਮ ਹੈ ਮੈਡਮ ਗੇਮ ਚਾਹੇ ਕੋਈ ਵੀ ਹੋਵੇ ਲੋਹੇ ਦੇ ਨਾਲ ਘੁਲਣਾ ਇੱਕ ਔਰਤ ਵਾਸਤੇ ਬਹੁਤ ਔਖਾ ਔਰ ਲੋਹੇ ਦੇ ਨਾਲ ਫਾਈਟ ਲੈ ਕੇ ਕੋਈ ਮੈਨੂੰ ਦਿਖਾਵੇ ਫਿਰ ਮੈਂ ਮੰਨਾ ਕ੍ਰਿਕਟ ਦੇਖ ਕੇ ਤਾਂ ਕ੍ਰਿਕਟ ਦੇਖ ਕੇ ਉਹਨਾਂ ਨੂੰ ਸਾਰੇ ਸਪੋਰਟ ਕਰਦੇ ਆ ਲੱਖਾਂ ਰੁਪਈਆ ਲੱਗਦਾ ਕ੍ਰਿਕਟ 'ਤੇ ਕਬੱਡੀ 'ਤੇ ਵੀ ਬਹੁਤ ਕੁਛ ਲੱਗਦਾ ਹਰ ਗੇਮ 'ਤੇ ਲੱਗਦਾ ਇੱਕ ਵਾਰੀ ਲੋਹੇ ਨਾਲ ਘੋਲ ਕੇ ਦੇਖੋ ਫਿਰ ਪਤਾ ਲੱਗਦਾ ਕੀ ਭਾਅ ਵਿਕਦੀ ਆ ਗੇਮ ਨੂੰ ਕਰਨਾ ਗੇਮ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਪਰ ਉਹਨੂੰ ਕਿਸੇ ਮੁਕਾਮ ਤੱਕ ਲੈ ਕੇ ਜਾਣਾ ਖਿਡਾਰੀ ਦੀ ਸਾਰੀ ਲਾਈਫ ਲੱਗ ਜਾਂਦੀ ਹੈ ਉਹ ਮੇਰੀ ਲੱਗ ਚੁੱਕੀ ਹੈ ਮੇਰੇ ਹਿਸਾਬ ਨਾਲ ਮੈਂ ਆਪਣੀ ਲਾਈਫ ਦੇ ਇੱਕ ਜੂਆ ਹੀ ਖੇਡਿਆ ਕਿ ਵਰਲਡ ਲੈਵਲ ਤੱਕ ਮੈਂ ਜਾ ਕੇ ਵੀ ਅੱਜ ਖਾਲੀ ਬੈਠੀ ਹਾਂ ਮੈਡਮ ਇੱਕ ਲੇਡੀਜ਼ ਵਾਸਤੇ ਬਹੁਤ ਔਖਾ ਹੁੰਦਾ ਗੇਮ ਕਰਨੀ ਖਾਸ ਕਰ ਸਹੁਰੇ ਪਰਿਵਾਰ ਦੇ ਵਿੱਚ ਰਹਿ ਕੇ ਪਰ ਮੇਰੇ ਸਹੁਰੇ ਪਰਿਵਾਰ ਨੇ ਹਰ ਪੱਖੋਂ ਮੈਨੂੰ ਸਪੋਰਟ ਕੀਤੀ ਮੇਰੇ ਮੰਮੀ ਪਾਪਾ ਨੇ ਮੇਰੇ ਹਸਬੈਂਡ ਨੇ ਮੇਰੇ ਦਿਓਰ ਨੇ ਹਰ ਇੱਕ ਨੇ ਅਤੇ ਉਹਨਾਂ ਨੇ ਮੈਨੂੰ ਕਿਸੇ ਪਾਸੇ ਵੀ ਕਮੀ ਨਹੀਂ ਰਹਿਣ ਦਿੱਤੀ ਵੀ ਮੈਂ ਗੇਮ ਨਾ ਕਰਾਂ ਮੈਨੂੰ ਜਿਮ ਜਾਣ ਦਾ ਔਖਾ ਸੀ ਮੈਨੂੰ ਘਰ ਦੇ ਵਿੱਚ ਜਿਮ ਉਹਨਾਂ ਨੇ ਬਣਾ ਕੇ ਦਿੱਤਾ ਥੋੜ੍ਹਾ ਬਹੁਤਾ ਇੱਕ ਬੈਂਚ ਲੈ ਦਿੱਤਾ ਸੈੱਟ ਲੈ ਦਿੱਤਾ ਵੇਟ ਲਿਫਟਿੰਗ ਦਾ ਜਿੰਨੇ ਸਮਾਨ ਦੀ ਮੈਨੂੰ ਲੋੜ ਸੀ ਉਹਨਾਂ ਨੇ ਮੈਨੂੰ ਪ੍ਰੋਵਾਈਡ ਕੀਤਾ ਔਖੇ ਹੋ ਕੇ ਜਿੱਦਾਂ ਮਰਜ਼ੀ ਕੀਤਾ ਮੈਂ ਘਰ ਟ੍ਰੇਨਿੰਗ ਲਾਈ ਮੈਨੂੰ ਕੋਚ ਦੀ ਪ੍ਰੋਬਲਮ ਸੀ ਮੈਂ ਦੇਖ ਦੇਖ ਸਿੱਖਿਆ ਜੇ ਸਟੇਡੀਅਮ ਚਲੇ ਜਾਣਾ ਜਾਂ ਜਿੱਥੇ ਕੰਪੀਟੀਸ਼ਨ ਹੋ ਉੱਥੇ ਚਲੇ ਜਾਣਾ ਜਾ ਕੇ ਦੇਖਣਾ ਵੀ ਕਿੱਦਾਂ ਬੱਚੇ ਟ੍ਰੇਨਿੰਗ ਕਰਦੇ ਆ ਉਹਨਾਂ ਨੇ ਛੋਟੇ ਛੋਟੇ ਪੁਆਇੰਟ ਫੜਨੇ ਉਹ ਦੇਖ ਦੇਖ ਕੇ ਸਿੱਖਿਆ ਦੇਖ ਦੇਖ ਕੇ ਸਿੱਖ ਸਿੱਖ ਕੇ ਮੈਂ ਇੱਥੇ ਤੱਕ ਪਹੁੰਚੀ ਹਾਂ
पर जे कहो भी मैनू अज तक कुछ मिलिया या कोच मिलिया या डाइट मिली है जो कोई फाइनेंशियली हेल्प मिली है तो मैडम मेरे हाथ अज भी खाली है तो 10 साल पहले भी खाली सी। बेटी 3 साल दी हो गई। बेटी जो तुसी मेरी पहली इंटरव्यू ली सी बेटी मेरी गोदी च सी अज स्कूलों आई है। 3 साल दी हो गई। की सोचा ओदे बारे? सोचिया यही है भी मैं तो स्पोर्ट्समैन बन गई पर इहनू कदी नहीं बन दूंगी इहनू गेम च नहीं पाऊंगी। इस इंडिया दे विच गेम दा कोई स्कोप नहीं हैगा किसी भी गेम दा नहीं हैगा। मैडम कोई भी माँ बाप नहीं चाहता हुंदा भी जिहड़ी उहने प्रॉब्लम देखियां गां उहदा बच्चा भी देखे। तो मेरी तो कोशिश यही रहेगी कि जो मैं जिस वक्त तो मैं गुजर के आई हाँ वो वक्त कभी भी मेरी बेटी के कोल भी ना लगे।